ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਸਾਰੇ? ਉਮੀਦ ਕਰਦੇ ਹਾਂ ਤੁਸੀਂ ਠੀਕ ਹੋਗੇ। ਆਪਾਂ ਬਿਲਕੁਲ ਠੀਕ ਹਾਂ। ਅਤੇ ਅੱਜ ਅਸੀਂ ਆਪਣਾ ਕਾਫੀ ਟਾਈਮ ਤੋਂ ਬਾਅਦ ਆਪਣਾ ਵਲੋਗ ਕੰਟੀਨਿਊ ਕਰਨ ਲੱਗੇ ਹਾਂ। ਅਤੇ ਬਸ ਹੁਣ ਟਾਈਮ ਵੀ ਦੋ ਦਾ ਹੋ ਗਿਆ ਮੇਰੇ ਖਿਆਲ। ਆਪਾਂ ਸਕੂਲ ਤੋਂ ਵਾਪਿਸ ਆਏ ਸੀਗੇ ਅਤੇ ਮੈਂ ਕਿਹਾ ਚਲੋ ਆਪਣਾ ਵਲੋਗ ਕੰਟੀਨਿਊ ਕਰਦੇ ਹਾਂ, ਕਾਫੀ ਟਾਈਮ ਹੋ ਗਿਆ। ਅਤੇ ਆਪਾਂ ਜਾਣਨਾ ਸੀ ਅਤੇ ਇਸ ਟਾਈਮ 'ਤੇ ਸਾਡੇ ਘਰ ਪੂਰਾ ਗਾ ਪਿਆ ਹੋਇਆ। ਆਹ ਦੇਖ ਸਕਦੇ ਹੋ, ਬੈਗ ਚਾਦਰਾ ਵਗੈਰਾ ਅਤੇ ਵੋਸ਼ ਕੀਤੀਆਂ ਸੀਗੀਆਂ। ਅਤੇ ਇੱਧਰ ਕੱਪੜੇ ਵਗੈਰਾ ਪਏ ਹੈ, ਇਹ ਪ੍ਰੈਸ ਕਰਨ ਵਾਲੇ ਹਾਲੇ ਰਹਿ ਗਏ ਹੈ। ਅੱਜ ਆਪਣੇ ਸਕੂਲ ਤੋਂ ਆ ਕੇ ਚੇਂਜ ਕਰ ਲਿਆ ਸੀ ਅਤੇ ਹੁਣ ਆਪਣਾ ਨਮਕੀਨ ਅਤੇ ਦੁੱਧ ਪੀ ਰਿਹਾ। ਕਰ ਲਾ ਉੱਧਰ ਮੂੰਹ ਕਰ ਲਿਆ। ਹੋਰ ਗੰਦਾ ਬੱਚਾ। ਮੈਂ ਇੱਥੇ ਬਣਾਇਆ ਸੀ ਦਲੀਆ ਦੁਪਹਿਰ ਦੀ, ਕਿਉਂਕਿ ਕਾਫੀ ਦਿਨ ਤੋਂ ਨਾ ਦਿਲ ਕਰਦਾ ਪਿਆ ਸੀਗਾ ਨਮਕੀਨ ਦਲੀਆ ਖਾਣ ਦਾ। ਅਤੇ ਬਸ ਹੁਣ ਇਹਨੂੰ ਖੋਲ੍ਹ ਕੇ ਦੇਖਦੇ ਹਾਂ। ਦਲੀਆ ਹੋ ਗਿਆ ਰੈਡੀ ਅਤੇ ਬਸ ਹੁਣ ਆਪਾਂ ਇਹਨੂੰ ਖਾ ਲੈਂਦੇ ਹਾਂ। ਅਤੇ ਦੇਖਣ 'ਚ ਤਾਂ ਯਮੀ ਯਮੀ ਲੱਗ ਰਿਹਾ। ਬਸ ਇਹਦੇ 'ਚ ਆਪਾਂ ਹਰਾ ਧਨੀਆ ਪਾ ਦਿੰਦੇ ਹਾਂ। ਕਈ ਵਾਰੀ ਹਰਾ ਧਨੀਆ ਨਹੀਂ ਹੁੰਦਾ ਅਤੇ ਇਸ ਕਰਕੇ ਆਪਾਂ ਪਹਿਲਾਂ ਸੁਕਾ ਕੇ ਰੱਖਿਆ ਹੋਇਆ। ਵਗੈਰਾ ਕਰਨ ਤੋਂ ਬਾਅਦ ਅਤੇ ਇੱਥੇ ਮੈਂ ਹੁਣ ਆਪਣੀ ਸਬਜ਼ੀ ਅਤੇ ਆਪਣਾ ਰਾਤ ਦਾ ਅੰਨ ਪਾਣੀ ਰੱਖਤਾ। ਅਤੇ ਬਸ ਹੁਣ ਅੰਦਰ ਜਾ ਕੇ ਦੇਖਦੇ ਹਾਂ ਜਿਹੜਾ ਸਮਾਨ ਪੈਕ ਕਰਨ ਵਾਲਾ ਰਹਿ ਗਿਆ ਉਹਨੂੰ ਥੋੜ੍ਹਾ ਬਹੁਤਾ ਪਾਉਂਦੇ ਹਾਂ। ਆਪਣੇ ਦੇ ਕੱਪੜੇ ਤਾਂ ਰੱਖਦੇ ਸੀਗੇ ਅਤੇ ਹੁਣ ਅਸੀਂ ਆਪਣੇ ਰੱਖ ਰਹੇ ਹਾਂ। ਪੈਕਿੰਗ ਦਾ ਖਲਾਰਾ ਚੁੱਕਣਾ ਅਤੇ ਪੈਕਿੰਗ ਕਰਨਾ ਬਹੁਤ ਖਲਾਰਾ ਪੈਂਦਾ ਪੈਕਿੰਗ ਕਰਨ ਲੱਗੇ। ਮੇਰੇ ਕਮਰੇ 'ਚ ਪੂਰਾ ਗਾਹ ਪਿਆ ਹੋਇਆ ਪੈਕਿੰਗ ਵਗੈਰਾ ਦਾ, ਬੈਗਸ ਵਗੈਰਾ ਵਾਲੇ ਬਾਹਰ ਨੇ, ਇਹਦੇ ਵਿੱਚੋਂ ਸਮਾਨ ਕੱਢ ਕੇ ਇਹਦੇ 'ਚ ਪਾਇਆ। ਅਤੇ ਇੱਧਰ ਟੈਚੀ ਵਗੈਰਾ ਪਏ ਕਮਰੇ 'ਚ ਵੀ, ਹਾਲੇ ਪੂਰਾ ਖਲਾਰਾ ਪਿਆ ਪੈਕਿੰਗ ਡਨ। ਅਤੇ ਆ ਗਿਆ ਆਪਾਂ ਦੂਸਰੇ ਕਮਰੇ 'ਚ। ਦੂਸਰੇ ਕਮਰੇ 'ਚ ਦੇਖੋ ਬੈਗ ਅਤੇ ਬੈਗ, ਬੈਗ ਅਤੇ ਬੈਗ। ਅਤੇ ਗੈਸ ਕਰਕੇ ਦੱਸੋ ਅਸੀਂ ਕਿੱਥੇ ਚੱਲੇ ਹਾਂ ਇੰਨੀ ਸਾਰੀ ਪੈਕਿੰਗ। ਅਤੇ ਜਾਣ ਤੋਂ ਪਹਿਲਾਂ ਇੱਕ ਵਾਰ ਆਪਾਂ ਟੈਂਕੀ ਵਗੈਰਾ ਭਰ ਜਾਈਏ, ਕਿਉਂਕਿ ਲਾਈਟ ਦਾ ਕੁਛ ਪਤਾ ਨਹੀਂ ਹੁੰਦਾ ਹੈਗਾ। ਅਤੇ ਫਿਰ ਪਿੱਛੋਂ ਕੋਈ ਕੰਮ ਮਤਲਬ ਦਿੱਕਤ ਵਗੈਰਾ ਨਾ ਹੋਏ ਕਿਸੇ ਨੂੰ, ਪਾਪਾ ਅਤੇ ਬੀਜੀ ਨੂੰ। ਉਹ ਵਾਲੀ ਟੈਂਕੀ ਮੈਂ ਭਰਤੀ ਸੀਗੀ ਅਤੇ ਆਹ ਵਾਲੀ ਹੁਣ ਭਰਨੀ, ਕਿਉਂਕਿ ਉਹ 'ਤੇ ਆਟੋਮੈਟਿਕ ਬਟਨ ਦੱਬਿਆ ਤਾਂ ਭਰ ਜਾਂਦੀ ਹੈ, ਇਹਨੂੰ ਭਰਨਾ ਪੈਂਦਾ ਪਾਈਪ ਲੈ ਕੇ ਉਹਨਾਂ ਤੋਂ। ਅਤੇ ਟਾਈਮ ਨਾਲ ਹੀ ਆਪਾਂ ਉੱਪਰ ਆ ਗਏ ਹਾਂ, ਟੈਂਕੀ ਹੈਗੀ ਬਿਲਕੁਲ ਖਾਲੀ ਅਤੇ ਇਹਨੂੰ ਅਸੀਂ ਭਰਨਾ। ਉਹ ਸਾਹਮਣੇ ਵਾਈਟ ਗੱਡੀ ਦਿਸਦੀ ਪਈ, ਪਾਪਾ ਵੀ ਆ ਗਏ ਗੱਡੀ ਲੈ ਕੇ। ਇਹ ਬਾਰਿਸ਼ ਕਰਕੇ ਕੱਲ੍ਹ ਉੱਧਰ ਹੀ ਖੜੀ ਸੀਗੀ ਸ਼ਹਿਰ 'ਚ। ਇਹ ਜੂਮ ਕਰਕੇ ਦੇਖਦੇ ਹਾਂ, ਦੇਖ ਰਹੀਏ ਟ੍ਰੇਨ ਗਈ ਅਤੇ ਕੱਲ੍ਹ ਵੀ ਆਪਾਂ ਟ੍ਰੇਨ 'ਤੇ ਜਾਣਾ ਹੈ। ਚੱਲ ਗਿਆ ਉੱਧਰੋਂ ਪਾਣੀ। ਹਾਂ ਇੱਕ ਵਾਰੀ ਪਾਣੀ ਪਹਿਲਾਂ, ਉਹ ਪ੍ਰੈਸ਼ਰ ਕਿੰਨਾ ਜ਼ਿਆਦਾ। ਲਾਈਟ ਪਾਣੀ ਭਰਦੇ ਭਰਦੇ ਲਾਈਟ ਫਿਰ ਚਲੀ ਗਈ ਹੈ ਅਤੇ ਹੁਣ ਬਸ 2 ਮਿੰਟ ਵੇਟ ਕਰਦੀ ਹਾਂ, ਨਹੀਂ ਤਾਂ ਫਿਰ ਬੰਦ ਕਰਕੇ ਥੱਲੇ ਚਲ ਜਾਂਦੇ ਹਾਂ, ਥੱਲੇ ਆਪਣਾ ਕੰਮ ਵਗੈਰਾ ਕਰਨੇ ਆ। ਕਿਉਂਕਿ ਰੋਟੀ ਵਗੈਰਾ ਹਾਲੇ ਸਾਰਾ ਕੁਛ ਉਵੇਂ ਪਿਆ, ਆਟਾ ਗੁੰਨਣਾ ਸੀ, ਮੰਮੀ ਸਬਜ਼ੀ ਬਣਾਉਣ ਦੇ। ਚੱਲ ਬਸ ਚੱਲ ਜਾਏਗੀ ਹੁਣ। ਉਹ ਕਰਤੇ ਸੀ ਉਹਨਾਂ ਨੂੰ ਮੂੰਹ ਦੋਵਾਂ ਦੇ ਨਾ, ਉਧਰੋਂ ਤੇ ਚਲਾਤੀ ਤੇ ਹਾਲੇ ਤੱਕ ਪਾਣੀ ਆਇਆ ਨਹੀਂ ਹੈਗਾ, ਦੇਖਦੇ ਆ। ਮਾਸੀਆਂ ਲੱਗੀਆਂ ਥੱਲੇ ਤੇਲ ਲਵਾਉਣ, ਫਿਰ ਮੰਮੀ ਅੰਦਰ ਸਬਜ਼ੀ ਬਣਾਉਂਦੇ ਪਏ ਤੇ ਮੈਂ ਫਟਾਫਟ ਪਾਣੀ ਆ ਗਿਆ, ਇਹਨੂੰ ਫਟਾਫਟ ਟੈਂਕੀ ਨੂੰ ਫਿਲ ਕਰਦਾ। ਸਾਡਾ ਪੈਕਿੰਗ ਦਾ ਕੰਮ ਸਾਰਾ ਖਤਮ ਹੋ ਗਿਆ ਅਤੇ ਹੁਣ ਰੋਟੀ ਵਗੈਰਾ ਵੀ ਬਣਾ ਰਹੀ ਸੀਗੀ। ਰੋਟੀ ਵਗੈਰਾ ਬਣਾ ਕੇ ਕਿਚਨ ਵਗੈਰਾ ਸਾਰੀ ਕਲੀਨ ਹੋ ਗਈ ਅਤੇ ਬਸ ਹੁਣ ਦੁੱਧ ਰੱਖਿਆ ਅਤੇ ਦੁੱਧ ਨੂੰ ਬਾਹਰ ਲਾ ਕੇ ਅਤੇ ਫਿਰ ਮੈਂ ਅਤੇ ਮੰਮੀ ਰਹਿ ਗਏ ਰੋਟੀ ਖਾਣ ਵਾਲੀ। ਆਪਾਂ ਖਾ ਕੇ ਫਿਰ ਮੇਰਾ ਕੰਮ ਰਨ ਹੋ ਗਿਆ ਅਤੇ ਪੈਕਿੰਗ ਕਰਨੀ ਸਭ ਤੋਂ ਔਖਾ ਕੰਮ ਹੈ ਜੀ, ਮੈਂ ਕਹਿ ਰਹੀ ਸਭ ਤੋਂ ਔਖਾ। ਨਿੱਕੀ ਚੀਜ਼ਾਂ ਖਤਮ ਹੀ ਨਹੀਂ ਹੁੰਦੀਆਂ ਹੈਗੀਆਂ ਅਤੇ ਪੈਕਿੰਗ ਕਰਨ ਤੋਂ ਬਾਅਦ ਮਾਰਕੀਟ ਦਾ ਕੰਮ ਕੀਤਾ, ਮਾਰਕੀਟ ਦਾ ਕੰਮ।